आम आदमी पार्टी दे सुप्रीमो अरविंद केजरीवाल वालों दिल्ली दे विधायक जरनैल सिंह नूं पंजाब दी कमांड सौंपी गई है। इस ऐलान दे नाल ही आप पंजाब दे प्रधान भगवंत मान सरगर्म हो गए हन। उन्हां ने अज चंडीगढ़ विच प्रेस कॉन्फ्रेंस करके गुरतेज पन्नू नूं पार्टी विच शामिल कीता। जरनैल सिंह वालों नवजोत सिंह सिद्धू नूं पार्टी विच आउण दी पेशकश बारे भगवंत मान ने कहा कि ओह खुद सिद्धू दे फैन हन। इस दे नाल ही मान ने कहा कि जेकर सिद्धू आप पार्टी विच आउंदे हन तां ओह उन्हां दा स्वागत करन आउणगे। ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਆਮ ਆਦਮੀ ਪਾਰਟੀ ਅਕਸਰ ਕਰਿਆ ਕਰੋਗੀ ਹੁਣ, ਕਿਉਂਕਿ ਦਿੱਲੀ ਦੀ ਜਿੱਤ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਹੌਸਲਾ ਬਣ ਗਿਆ, ਵਿਸ਼ਵਾਸ ਬਣ ਗਿਆ ਕਿ ਹੁਣ ਸਕੂਲ ਜਿੱਤਿਆ ਕਰਨਗੇ, ਹੁਣ ਮੁਹੱਲਾ ਕਲੀਨਿਕ ਜਿੱਤਿਆ ਕਰਨਗੇ, ਹੁਣ ਬਿਜਲੀ ਤੇ ਪਾਣੀ ਜਿੱਤਿਆ ਕਰੂ, ਹੁਣ ਧਰਮ ਤੇ ਨਫ਼ਰਤ ਦੀ ਰਾਜਨੀਤੀ ਨਹੀਂ ਜਿੱਤਿਆ। ਸੋ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇੱਕ ਯੂਥ ਦਾ ਪਰਿਵਾਰ ਜੁੜ ਰਿਹਾ, ਗੁਰਤੇਜ ਪੰਨੂ। ਕਹਿਣਾ ਚਾਹੂੰਗਾ ਕਿ ਟ੍ਰੈਡੀਸ਼ਨਲ ਪੋਲੀਟਿਕਸ ਦਾ ਜ਼ਮਾਨਾ ਖਤਮ ਹੋ ਗਿਆ, ਨਵੇਂ ਮੁੰਡੇ ਆ ਗਏ। ਅਰਵਿੰਦ ਕੇਜਰੀਵਾਲ ਨੂੰ ਮੈਂ ਮੁੰਡਾ ਕਹੂੰਗਾ, ਨਵਾਂ ਮੁੰਡਾ ਆ ਗਿਆ, ਕਿਉਂਕਿ ਉਹਨੇ 15-15 ਸਾਲ 20-20 ਸਾਲ ਪੁਰਾਣੇ ਬੰਦੇ ਹਰਾ ਤੇ ਅਤੇ ਤੀਜੀ ਵਾਰ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ। ਅਤੇ ਨਵੇਂ ਮੁੰਡਿਆਂ ਦਾ ਜ਼ਮਾਨਾ, ਪਿੱਪਲ ਦੇ ਆ ਪੱਤੇ ਆਵੇ ਕਾਹਦੀ ਖੜ 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 ਲਾਈ ਹੈ, ਪੱਤ ਝੜ ਗਏ ਪੁਰਾਣੇ ਜਨਾਬ ਰੁੱਤ ਨਵਿਆਂ ਦੀ। ਸਾਰੇ ਪੰਜਾਬ ਨੂੰ ਚਾਹੁੰਦਾ ਕਿ ਇਕੱਠੇ ਹੋ, ਇਹ ਕਿਸੇ ਆਮ ਆਦਮੀ ਪਾਰਟੀ ਦੀ ਜਾਂ ਕੋਈ ਇਹ ਕੋਈ ਇਹੋ ਜਿਹੀ ਲੜਾਈ ਨਹੀਂ, ਲੜਾਈ ਪੰਜਾਬ ਦੇ ਹਿੱਤਾਂ ਦੀ ਹੈ। ਸਾਡੇ ਛੋਟੇ ਮੋਟੇ ਹਿੱਤ ਬਹੁਤ ਛੋਟੇ ਨੇ, ਪੰਜਾਬ ਦੇ ਹਿੱਤ ਵੱਡੇ ਨੇ, ਇਕੱਠੇ ਹੋ ਜਾਣ ਸਾਰੇ। ਮੈਂ ਤਾਂ ਨਵਜੋਤ ਸਿੱਧੂ ਨੂੰ ਵੀ ਮੈਂ ਤਾਂ ਆਫਰ ਕੀਤਾ ਸੀ, ਮੇਰੇ ਤਾਂ ਜੱਜ ਰਹੇ ਨੇ ਉਹ ਲਾਫਟਰ ਚੈਲੇਂਜ। ਕਦੇ ਵੀ ਜਗਤਾਰ ਜੀ, ਕੋਈ ਵੀ ਬੰਦਾ ਆਪਣੇ ਮਾਂ ਪਿਓ ਤੋਂ, ਆਪਣੇ ਰੋਲ ਮਾਡਲਾਂ ਤੋਂ ਵੱਡਾ ਨਹੀਂ ਹੋ ਸਕਦਾ। ਕਿ ਨਵਜੋਤ ਸਿੱਧੂ ਦੇਖੋ, ਇਜ਼ ਅ ਡੈਮ ਓਨੈਸਟ ਪਰਸਨ, ਕੋਈ ਉੱਥੇ ਦਾਗ ਨਹੀਂ। ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ, ਜਦੋਂ ਨਵਜੋਤ ਸਿੰਘ ਸਿੱਧੂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦਾ ਸੀ, ਜਦੋਂ ਉਹ ਆਊਟ ਹੋ ਜਾਂਦਾ ਸੀ ਮੈਂ ਟੀ ਵੀ ਬੰਦ ਕਰ ਦਿੰਦਾ ਸੀ, ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ, ਹੁਣ ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ। ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਓਨੈਸਟ ਪਰਸਨ, ਮੈਂ ਅੱਜ ਵੀ ਉਹਦਾ ਫੈਨ ਰਹੂੰਗਾ। ਅਤੇ ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ ਕਰੂੰ। ਉੱਥੇ ਹੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੁਰਤੇਜ ਪੰਨੂ ਨੇ ਕਿਹਾ ਕਿ ਉਹ ਮਾਨ ਸਾਹਿਬ ਦੀ ਸੋਚ ਉੱਤੇ ਪਹਿਰਾ ਦੇਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੁਰਤੇਜ ਸਿੰਘ ਪੰਨੂ ਆ ਤੇ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ। ਤੇ ਕਾਫੀ ਦੇਰ ਅਸੀਂ ਮਤਲਬ ਟੀਮ ਮੋਦੀ ਵਰਗੀ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ, ਕਿਉਂਕਿ ਯੂਥ ਜਿੰਨਾ ਯੂਥ ਸਾਡੇ ਨਾਲ ਜੁੜਿਆ ਕੋਈ ਅਹੁਦਿਆਂ ਦਾ ਕੋਈ ਸਾਨੂੰ ਲਾਲਚ ਨਹੀਂ ਕਰ, ਜਿੰਨਾ ਪਹਿਲਾਂ ਵੀ ਯੂਥ ਜੁੜਿਆ ਸੀ ਅਸੀਂ ਕੋਈ ਅਹੁਦਾ ਨਹੀਂ ਮੰਗਿਆ ਬੀਜੇਪੀ ਤੋਂ, ਨਾ ਹੀ ਕਦੀ ਅਸੀਂ ਅੱਗੇ ਅਹੁਦਾ ਮੰਗਿਆ ਤੇ ਨਾ ਹੀ ਹੁਣ ਚਾਹੁੰਦੇ ਹਾਂ। ਸਿਰਫ ਗੱਲ ਇੱਕ ਗੱਲ ਹੈ, ਅਸੀਂ ਬਦਲਾਵ ਚਾਹੁੰਦੇ ਹਾਂ। ਜਿੱਦਾਂ ਹੁਣ ਦਿੱਲੀ 'ਚ ਹੋ ਰਿਹਾ ਜੋ ਕੁਛ, 42 ਬੰਦੇ ਮਾਰਤੇ। ਕੱਲ੍ਹ ਮੈਂ ਨਿਊਜ਼ ਸੁਣ ਰਿਹਾ ਸੀ, ਇੱਕ ਉੱਥੇ ਕੋਈ ਮਦਰ ਆਪਣੇ ਬੱਚਿਆਂ ਨੂੰ ਕਹਿ ਰਹੀ ਹੈ ਵੀ ਬੇਟਾ ਬਾਹਰ ਨਾ ਜਾਇਓ, ਕਿਤੇ ਨਾ ਲੜਾਈ ਝਗੜਾ ਹੋ ਰਿਹਾ। ਅੱਧੇ ਘੰਟੇ ਬਾਅਦ, ਘੰਟੇ ਬਾਅਦ ਕਹਿੰਦੀ ਘਰ ਦੇ ਅੰਦਰ ਧੂੰਆਂ ਆਉਣ ਲੱਗਿਆ, ਬੱਚੇ ਆ ਕੇ ਦੱਸਦੇ ਵੀ ਸਾਡਾ ਘਰ ਸਾੜ, ਕੋਈ ਜਵਾਬਦਾਰੀ ਨਹੀਂ। ਕਦੋਂ ਤੱਕ ਆਪਾਂ ਸਹਿੰਦੇ, ਕਦੋਂ ਤੱਕ ਰਵਾਂਗੇ? ਸੋ ਗੱਲ ਇਹ ਹੈ ਵੀ ਬਹੁਤ ਸਾਲ ਚੁੱਪ ਰਹਿਣ ਤੋਂ ਬਾਅਦ ਅਸੀਂ ਸੋਚਿਆ ਵੀ ਸਾਰੇ ਯੂਥ ਨੇ, ਮਾਨ ਸਾਹਿਬ ਨੇ ਸਾਨੂੰ ਰਾਹ ਦਿਖਾਇਆ, ਸਾਰੇ ਯੂਥ ਨੇ ਸੋਚਿਆ ਵੀ ਮਾਨ ਸਾਹਿਬ ਦੇ ਨਾਲ ਲੱਗ ਕੇ ਅਤੇ ਹੁਣ ਇਸ ਚੀਜ਼ ਨੂੰ ਬਦਲਾਅ 'ਚ ਲਿਆਵਾਂਗੇ। ਔਰ ਆਉਣ ਵਾਲੇ ਟਾਈਮ 'ਚ ਦਿੱਲੀ 'ਚ ਜੋ ਕੰਮ ਕੀਤੇ ਹੈ, ਦਿੱਲੀ 'ਚ ਸਕੂਲ, ਐਜੂਕੇਸ਼ਨ ਦਾ ਸਿਸਟਮ, ਹੈਲਥ ਸਿਸਟਮ, ਆਈ ਮੀਨ ਯੂ ਗੋ ਟੂ ਐਨੀ ਲੈਵਲ, ਕੰਮ ਜੇ ਦੇਖਦੇ ਹਾਂ, ਇਫ ਯੂ ਰੀਅਲੀ ਵਾਂਟ ਟੂ ਸੀ ਚੇਂਜ, ਅਸੀਂ ਤਾਂ ਆਪ ਜਾ ਕੇ ਦੇਖ ਕੇ ਆਏ ਹਾਂ। ਇੱਥੇ ਮੇਰੇ ਨਾਲ ਜਿੰਨੇ ਵੀ ਮੁੰਡੇ ਆਏ ਹੈ, ਇੱਕ ਨੂੰ ਪੁੱਛ ਕੇ ਵੇਖੋ ਵੀ ਦਿੱਲੀ 'ਚ ਜਿੰਨੇ ਚੇਂਜ ਨਾ ਦੇਖਿਓ, ਔਰ ਇੱਕ ਨੂੰ ਪੁੱਛ ਕੇ ਵੇਖ ਲਓ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਨਾਲ ਤੁਰ ਕੇ ਰਾਜੀ ਹੋ। ਸੋ ਮਾਨ ਸਾਹਿਬ ਨੇ ਸਾਨੂੰ ਰਾਹ ਦਿਖਾਇਆ, ਔਰ ਅਸੀਂ ਮਾਨ ਸਾਹਿਬ ਨੂੰ ਇੱਕੋ ਗੱਲ ਕਹਾਂਗੇ, ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ। ਅਤੇ ਇਸੇ ਨਾਰੇ ਨਾਲ ਅਸੀਂ ਮਾਨ ਸਾਹਿਬ ਦੇ ਨਾਲ
ਪੰਜਾਬ ਲੈਵਲ ਤੇ ਦਿੱਲੀ ਚ ਚੇਂਜ ਆ ਗਈ ਹੈ, ਪੰਜਾਬ ਦੀ ਵਾਰੀ ਹੈ। ਪੰਜਾਬ ਲੈਵਲ ਚ ਇੱਕ ਇੱਕ ਹਲਕੇ ਚ 117 ਨੇ ਇੱਕ ਇੱਕ ਹਲਕੇ ਚ ਜਾ ਕੇ ਕੱਲੇ ਕੱਲੇ ਹਲਕੇ ਚ ਯੂਥ ਨੂੰ ਐਕਟੀਵੇਟ ਕਰਾਂਗੇ।